सिंह जी ने भेजता बंदा सिंह सजा के नाल पंथ प्यारे नू भेजिया सी मर्यादा समझा के सतगुरु जी आप दिते सुंदर तरंग निशान नगारे बुड्ढा दल गजदा रिया हुंदे वड्डे गल्लू घारे बुड्ढा दल गजदा रिया होए वड्डे गल्लू घारे बोलिया वैर खालसे ने ते वड्डे वड्डे जालम सोदे अड़िया सो चढ़िया सी आए लन बली की जो दे लाए मुगल पठाना नू ऐसी सिंगा ने हाथ करारे बुड्ढा दल गजदारिया होए वड्डे कल्लू कारे। वाहिगुरु जी का खालसा वाहिगुरु जी की फतेह। इस वेले असी मौजूद हाँ फतेहगढ़ साहब की उस पावन धरती से शहीदा नू कोटनकोट प्रणाम करते हाँ। असी इस वेले मौजूद हाँ बाबा बुड्ढा दल जी दे हैड ऑफिस दे विच। तुसी मेरे पिछे घोड़े देख के अंदाजा लाई लिया होना मैं बहुत ही गल्लां ना करता होया सीधा ही तुहानू बाबा जी नाल रूबरू करावांगे बाबा जी नाल गलबात करांगे जाणांगे सिख इतिहास बारे। बाबा जी वाहिगुरु जी का खालसा वाहिगुरु जी की फतेह। चढ़दियां कलां दी वात तां निहंग सिंघां नू जदों असीं देखदे आ पै जांदी है जी। हाँ जी हाँ जी महाराज ने चढ़दी कला दी वारता तां इन्हां नू मुड्ढो ही बख्शी ने जी। ਹੋਰ ਤਾਂ ਸਾ ਖਾਲਸੇ ਨੂੰ ਪਹਿਲਾਂ ਚੜ੍ਹਦੀ ਕਲਾ ਹੀ ਦਿੱਤੀ ਚੜ੍ਹਦੀ ਕਲਾ 'ਚ ਹੀ ਰਹਿਣਾ ਹੈ ਭਲਾ ਤਾਂ ਲੱਖਾਂ ਦਾ ਨੁਕਸਾਨ ਹੋ ਜਾਵੇ ਭਲਾ ਲੱਖਾਂ ਦਾ ਆ ਜਾਵੇ ਕੋਈ ਚਾਅ ਨਹੀਂ ਗਾ ਪਰ ਚੜ੍ਹਦੀ ਕਲਾ ਦਾ ਹੀ ਚਾਅ ਸਾਨੂੰ ਸਦਾ। ਤੁਹਾਡਾ ਸਰੂਪ ਦੇਖ ਕੇ ਹੀ ਬੰਦਾ ਚੜ੍ਹਦੀ ਕਲਾ ਐਨ ਗਦ ਗਦ ਹੋ ਜਾਂਦਾ ਨਿਹਾਲ ਹੋ ਜਾਂਦੇ ਆ। ਹਾਂਜੀ ਇਹ ਨਾ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਕਾਲ ਪੁਰਖ ਨਾਲ ਪਹਿਲਾਂ ਹੀ ਬੋਲ ਹੋਏ ਸੀ ਖਾਲਸਾ ਸਾਜਣ ਬਾਰੇ। ਜਿਹੜਾ ਰੰਗਜੇਬ ਸੀ ਉਹ ਕਹਿੰਦਾ ਸੀਗਾ ਮੈਂ ਇੱਕ ਹੀ ਕਰੂੰਗਾ ਵੀ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕੱਠੇ ਕਰ ਦੂੰਗਾ। ਜਦੋਂ ਦਸਵੇਂ ਪਾਤਸ਼ਾਹ ਤੋਂ ਮਹਾਰਾਜ ਤੋਂ ਕਾਲ ਪੁਰਖ ਨੇ ਪੁੱਛਿਆ ਵੀ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਵੀ ਤੁਸੀਂ ਵੀ ਧਰਤੀ 'ਤੇ ਜਾਣਾ ਤੁਸੀਂ ਕੀ ਕਰੋਗੇ ਉਹ ਕਹਿੰਦੇ ਅਸੀਂ ਤੀਸਰਾ ਪੰਥ ਸਾਜਾਂਗੇ। ਕਾਲ ਪੁਰਖ ਪੁੱਛਦਾ ਵੀ ਉਹ ਕਿਹੋ ਜਿਹਾ ਪੰਥ ਹੋਊਗਾ ਉਹ ਕਹਿੰਦੇ ਤੀਸਰਾ ਪੰਥ ਇਹੋ ਜਿਹਾ ਹੋਊਗਾ ਵੀ ਜਿਹੜਾ ਖਾਲਸਾ ਸਾਜੂਗਾ ਲੱਖਾਂ 'ਚੋਂ ਖੜਾ ਇੱਕ ਦਿਸੂਗਾ ਮੇਰਾ ਜੀ। ਵਾਕਈ ਗੱਲ ਉਹ ਸੱਚ ਆ ਗੁਰੂ ਤਾਂ ਆਪ ਰੱਬੀ ਆਪ ਆਇਆ ਸੀਗਾ ਹਨਾ ਪੀਰਾਂ ਦਾ ਪੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੇ ਉਹਨੂੰ ਆਪਣੇ ਆਪਣੇ ਨਜ਼ਰੀਏ ਨਾਲ ਮੰਨਦੇ ਆ ਹਿੰਦੂ ਵੀ ਮੰਨਦੇ ਆ ਮੁਸਲਮਾਨ ਵੀ ਮੰਨਦੇ ਆ ਕਿਤੇ ਹਾਦਾ ਨਾਰਾ ਮਾਰਦੇ ਆ ਮੁਸਲਮਾਨ ਹਨਾ। ਹਾਂਜੀ ਐਂ ਤਾਂ ਪੀਰ ਬੁੱਧੂ ਸ਼ਾਹ ਨੇ ਆਪਦੇ ਮਰੀਦ ਹੀ ਵਾਰ 'ਤੇ ਆ ਕੇ ਭੰਗਾਣੀ ਦੇ ਯੁੱਧ 'ਚ ਜਿੱਥੇ ਪਹਿਲਾ ਯੁੱਧ ਹੋਇਆ ਭੰਗਾਣੀ ਦਾ ਉੱਥੇ ਮੁਸਲਮਾਨਾਂ ਨੇ ਵੱਧ ਸਾਥ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲੇ ਯੁੱਧ 'ਚ ਜੀ। ਹਾਂਜੀ ਅਤੇ ਚੜ੍ਹਦੀ ਕਲਾ ਦੀ ਬਾਤ ਪਾਉਂਦੇ ਆ ਜਦੋਂ ਚਾਰ ਘੋੜਿਆਂ 'ਤੇ ਨਿਹੰਗ ਸਾਹਿਬਾਨ ਖੜੇ ਹੁੰਦੇ ਆ ਤੇ ਡਰ ਨਹੀਂ ਲੱਗਦਾ? ਨਹੀਂ ਜੀ ਉਹ ਤਾਂ ਸਾਨੂੰ ਉਹਦੇ ਤਾਂ ਹੌਸਲਾ ਮਿਲਦਾ ਹੈ। ਹਾਂਜੀ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਸਾਡੇ ਚਾਰੇ ਘੋੜੇ ਸਹੀ ਭੱਜ ਜਾਣਾ ਸਾਨੂੰ ਇੰਨਾ ਚਾਅ ਹੋ ਜਾਂਦਾ ਵੀ ਅਸੀਂ ਦੁਨੀਆ ਜਿੱਤ ਲਈ। ਹਾਂ ਸਾਡੇ ਸਿੰਘਾਂ ਨੂੰ ਹੀ ਚਾਅ ਇੰਨਾ ਦਾ ਅਤੇ ਗੰਢੋ ਗੰਢ ਦਾ ਹੀ ਗੱਲ ਸੋਚਦੇ ਨੇਗੇ ਨਾ ਹੀ ਅਸੀਂ ਸੋਚੀ ਜਾ ਕਿਤੇ ਜੀ ਡਿੱਗਦੇ ਵੀ ਹੈ ਅਤੇ ਡਿੱਗਣ ਨਾਲ ਤਾਂ ਸਾਡਾ ਸਰੀਰ ਪੱਕਾ ਹੁੰਦਾ ਹੈ ਅਤੇ ਘੋੜਿਆਂ ਨਾਲ ਪਿਆਰ ਵੱਧ ਪੈਂਦਾ ਫਿਰ ਅਸੀਂ ਉਹਨਾਂ ਨੂੰ ਵੱਧ ਸਾਂਭਦੇ ਹਾਂ ਫਿਰ ਅਸੀਂ ਉਹਨਾਂ ਦੇ ਵੱਧ ਖੜੇ ਹੁੰਦੇ ਹਾਂ। ਇਹ ਭਜਾਂਗੀ ਚਾਰ ਘੋੜਿਆਂ ਦੇ ਵੀ ਅਤੇ ਛੀਆਂ 'ਤੇ ਵੀ ਇਹ ਦੋ ਭਰਾ ਹੈ ਦੋਨੇ ਜਿਹੜੇ ਚਾਰ ਘੋੜਿਆਂ 'ਤੇ ਦੋ ਘੋੜਿਆਂ 'ਤੇ ਇਹ ਬਾਈ ਜੀ ਸਵਾਰ ਹੁੰਦੇ ਆ ਬਾਈ ਜੀ ਨਾਮ ਹੀਰਾ ਸਿੰਘ ਵਾਹਿਗੁਰੂ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੀਰਾ ਸਿੰਘ ਨੇਮ ਆਪਣਾ ਜੀ ਅਤੇ ਬੁੱਢਾ ਦਲ ਬਾਬਾ ਬਲੀਰ ਸਿੰਘ ਜੀ ਜਹਿਦਲ ਬਾਬਾ ਢੋਡੀ ਸਿੰਘ ਜੀ ਛੇ ਘੋੜਿਆਂ ਦੌੜ ਅਤੇ ਪੰਜ ਘੋੜੇ ਆਪਣੇ ਜੀ। ਹਾਂਜੀ ਉਹ ਘੋੜਿਆਂ ਦੇ ਵੀ ਅਸੀਂ ਦਰਸ਼ਨ ਆਪ ਵੀ ਕਰਾਂਗੇ ਅਤੇ ਸੰਗਤ ਨੂੰ ਵੀ ਕਰਵਾਉਂਗੇ ਕਰਵਾਉਂਗੇ ਕਰਾਵਾਂ ਜੀ ਜੀ। ਹਾਂਜੀ ਆ ਜਾਓ ਬਾਬੀ ਬਾਬਾ ਜੀ ਆ ਜਾਓ। ਹਾਂ ਬਾਬਾ ਜੀ ਆ ਜਾਓ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵੈਰ ਜੀ ਫਤਿਹ ਮਹਾਰਾਜ ਜੀ। ਬੁੱਢਾ ਦਲ ਦੇ ਵਿੱਚ ਖੜੇ ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕੋਲੇ ਖੜੇ ਹਾਂ ਡਰ ਨਹੀਂ ਕੋਈ ਭੈ ਨਹੀਂ ਖਾਲਸਾ ਮੇਰੋ ਕਹਿੰਦੇ ਰੂਪ ਹੈ ਖਾਲਸ ਜਦੋਂ ਤੁਹਾਨੂੰ ਦੇਖਦੇ ਹਾਂ ਖਾਲਸ ਰੂਪ ਸਾਨੂੰ ਦਿਖ ਜਾਂਦਾ ਹਨਾ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਨਵਾਜਾ ਖਾਲਸਾ ਪੰਥ ਹੈ ਨਾ ਮਹਾਰਾਜ ਨੇ ਆਪਣੇ ਹੱਥੀ ਨੂੰ ਸਾਜ ਕੀਤੀ ਜਿਹੜਾ ਤਿਆਰ ਪਰ ਤਿਆਰ ਨਿਹੰਗ ਸਿੰਘ ਹੋਵੇਗਾ ਉਹ ਮੇਰਾ ਰੂਪ ਹੋਵੇਗਾ ਮਹਾਰਾਜ ਨੇ ਆਖਿਆ ਦਰਸ਼ਨ ਕਰਨ ਨੂੰ ਮਹਾਰਾਜ ਕਹਿੰਦੇ ਜੇ ਪੰਜ ਸਿੰਘ ਮਿਲ ਜਾਣ ਕਹਿੰਦੇ ਨਾ ਪੰਜ ਹੋਣ ਕਹਿੰਦੇ ਤਿੰਨ ਕਹਿੰਦੇ ਇੱਕ ਮਿਲ ਜਾਏ ਤਿਆਰ ਪਰ ਤਿਆਰ ਵੇਖੋਗੇ ਨਾ ਸ਼ੀਸ਼ੇ ਥਾਣੀ ਤੇ ਮੇਰਾ ਰੂਪ ਹੀ ਹੋਵੇਗਾ। ਕੀ ਬਾਤ ਹੈ ਵੀ ਮੈਨੂੰ ਦੇਖਣਾ ਤੇ ਮੇਰੇ ਭਗਤਾਂ ਨੂੰ ਦੇਖ ਲਓ ਤਿਆਰ ਪਰ ਤਿਆਰ ਖਾਲਸਾ ਜਿਹੜਾ ਉਹ 'ਚੋਂ ਦਿਖੇਗਾ ਨਿਹੰਗ ਸਿੰਘ ਤਿਆਰ ਪਰ ਤਿਆਰ ਹੋਵੇ ਨਿਹੰਗ ਸਿੰਘ ਜਿਹੜਾ ਸੁਭ ਨਿਹੰਗ ਸਿੰਘ ਨਾ ਓਰਿਜਨਲ ਉਹ ਮੰਗਦਾ ਨਹੀਂ ਖਾਲਸਾ ਕਿਰਤ ਕਰਦਾ ਗਊਗਰੀ ਦੀ ਰਾਖੀ ਕਰਦਾ। ਹਾਂਜੀ ਜਿਹੜਾ ਓਰਿਜਨਲ ਨਿਹੰਗ ਮੰਗੂ ਨਾ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਨਾਲ ਦਹਿ ਦਿਆ ਹਾਂ ਵੀ ਮੰਗਣਾ ਬਹੁਤ ਮਾੜਾ ਨਾ ਕਿਰਤ ਕਰਕੇ ਛਕੋ। ਹਾਂਜੀ ਧੰਨੇ ਭਾਤ ਨੂੰ ਮਹਾਰਾਜ ਨੇ ਪੱਥਰ 'ਚੋਂ ਰੱਬ ਪਾ ਲਿਆ ਸੀ ਉਹਨੇ ਕਿਹਾ ਖਾ ਰੋਟੀ ਖਾਧੀ ਨਾ ਮੇਰਾ ਖਾਧਾ ਤਵੱਕਾ ਰੱਖੇ ਰੱਬ ਸਭ ਕੁਝ ਦਿੰਦਾ। ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਜਹਿਦਰ ਬਾਬਾ ਬਲਵੀਰ ਸਿੰਘ ਜੀ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਉਹਨਾਂ ਦੀ ਸਰਪ੍ਰਸਤੀ ਹੇਠ ਪਿੰਡ ਪਿੰਡ ਸ਼ਹਿਰ ਸ਼ਹਿਰ ਸਿੱਖੀ ਦਾ ਪ੍ਰਚਾਰ ਕਰਦਾ ਖਾਲਸਾ ਅੱਜ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ ਨਾਗਮਸਤੇ ਸ਼ਹੀਦਾਂ ਦੀ ਧਰਤੀ ਨੂੰ ਸਿੰਘ ਸਾਹਿਬ ਜਹਿਦਰ ਬਾਬਾ ਬਲਵੀਰ ਸਿੰਘ ਦੀ ਰਹਿਮ ਨਹੀਂ ਹੇਠ ਖਾਲਸਾ ਪੰਥ ਨੇ ਅੱਜ ਤਾਰੇ ਕੀਤੇ ਨੇ ਘੋੜੇ ਬੱਜੇ ਨੇ ਤਬੇਲੇ 'ਚ ਬਾਦਸ਼ਾਹ ਨੇ ਤਬੇਲਾ ਬਣਾਇਆ। ਜ਼ਰੂਰ ਦਰਸ਼ਨ ਸੰਗਤਾਂ ਨੂੰ ਵੀ ਕਰਵਾਵਾਂਗੇ ਗੱਲ ਕਰਦੇ ਹਾਂ
पावन धरती ते खड़े हां, कोटन कोट प्रणाम करदे हां। अखां चो नम अखां नाल भी सारी संगत, असी भी और सारे कई भावुक भी होए नम अखां नाल उहनां नूं श्रद्धांजलि दिंदे आ, इत्थे पहुंचदे आ। ते खालसा भी जिहड़ा इत्थे दा इतिहास आ, कहिंदे रोटी नहीं सी पकदी हुंदी, इह गल भी सच आ बाबा जी? वहन भी पैदे हुंदे सीगे? बिल्कुल जी, एडी सूर जो दे धरतियां ने निके निके बच्चों को कहे ना जी इदा कीता, आपां नूं किन्ने कोट पेंट पाए ने, ठंड लग रही है, चलो ठंडे बुरजे जे धोखे ना गंगू बामन ने है ना जी, उन्होंने धोखा कीता एक माया पिछे जी। हाँ जी, उहदा नां नहीं किसे ने लैणा, इह सदा मरने महाराज। सही गल है, उन्होंने लाण तां पैंदियां ने है ना, ओह माया दे चंद सिक्कियां पिछे, मोहरां पिछे है ना, जिहड़ा चंगा बंदा कर्म करदा ना है ना जी। हाँ जी, कई बंदे मर जांदे ना, कोई नां नहीं लैंदा ते कहिंदे बड़ा गंदा है ना, कई कहिंदे बड़ा ही चंगा भी, बड़ा योधा, बड़ा सूरबीली सी। जिहड़ा सूरमा बंदा हो ना, उहदी उमर थोड़ी हुंदी है, 42 साल च गुरु गोबिंद सिंह ने 42 साल की उम्र च 14 जंगा लड़ियां ने जी। हाँ जी, भर भाई जवानी च गए, भर जवानी च गए, पर जदों बच्चों वाल निगाह मारदे हाँ वो तो बेचारे छोटे साहबजादे चार, वो तो उम्र ही कख नहीं सी, पर कहिंदे निक्कियां जिंदा ते वड्डे साके। हाँ जी, साढ़े वास्ते हाँ जी, उन्होंने वेख लो सिदक नहीं डोले, उन्होंने वेख लो अपने सामने किन्ने मुंडे खलोते ने, किसी ने दाढ़ी मनाई, किसी ने केस मनाया, एक वाल कटा गया तो 100 गऊ जिन्ना पा पिया जी। मुसलमान जड़े ने वेख लो अपनी इतने पक्के 5 बजे टेढ़े हो जाते जितने होना गड्डी, तो इतने भाई जिनी मर्जी कुछ करिए उन्हें पता ही नहीं है ना जी। ये सिख बनना चाहिए गुरु वाले बन, एक वाल कटाइए 100 गऊ जिन्ना पा पिया, जे धरती चो पानी कड़े तो फिर ही निकलेगा ना। जिमें कहते भी मैनू सिख प्यारा नहीं, सिख तो पहला रहत प्यारी, प्यारी है रहत प्यारी हो, सिख पूरा त्यार पर त्यार हो जाए, जो अमृत छक लेंदा उन्होंने आपे रहत प्यारी आ जाती है जी। हाँ जी, मतलब कहन तो भाव भी वह आप ही तोड़ता अपने बुद्ध पाई है ना जी, वो फिर आप मतलब वो सतगुर सिख बंधन काटे, गुरका सिख वकार से हटे। हाँ, जिन्होंने सोझी आ जाती फिर सीधी लैन चले, उन्होंने महाराज समत बख्शता, चढ़ती कला होंगी सिख दे, 12 नदी दिन 9 सिद्धियां आदि ने, जी माया संतान की दासी आ, ये त्यागी ने। हाँ जी, मतलब माया अपने आप पिछे ही भजदी है, कहिंदे जदों बंदा भगती करता है ना, बिल्कुल ही मगर तुरी फिरदी है। हाँ जी हाँ जी, पर सिंह नहीं, कहिंदे सिंह मारदे ठोकर तख्ता ताज, 72 वारी नूं रब मिलिया, कबीर सिंह 72 वारी रब मिलिया, माता लोई ना जो रूप धर के खोते जाके ताना तोड़दा करे भाजा करे। हाँ जी, कुत्ता रोटियां लैके भजा मगर भजा, कहिंदा साईं जी रोटियां ने सुकियां खाई, 72 वारी रब मिलिया, कहिंदा मैं जिहड़े रूप जाऊना उस रूप मैं सिहा लेना, जिहने भगतां दे विच रब दा हणा जी, बड़ी कृपा इहनां ते, भगतां दे विच ही रब आ, भगतां ने रब भी वस कीता। श्रोमणी पंच अकाली बुढ़े दल दे तुसीं पड़ा ते आए जे ते बुढ़े दल दी की कुर्बानियां 2-4 कविता विच है ना ला देने है ना जी। ओ गुरु गोबिंद सिंह जी ने भेजता ਬੰਦਾ ਸਿੰਘ ਸਜਾ ਕੇ ਨਾਲ ਪੰਥ ਪਿਆਰੇ ਨੂੰ ਭੇਜਿਆ ਸੀ ਮਰਜ਼ਾਦਾ ਸਮਝਾ ਕੇ ਸਤਿਗੁਰੂ ਜੀ ਆਪ ਦਿੱਤੇ ਸੁੰਦਰ ਤਰੰਗ ਨਿਸ਼ਾਨ ਨਗਾਰੇ ਬੁੱਢਾ ਦਲ ਗਜਦਾ ਰਿਆ ਹੁੰਦੇ ਵੱਡੇ ਗੱਲੂ ਘਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਬੋਲਿਆ ਵੈਰ ਖਾਲਸੇ ਨੇ ਤੇ ਵੱਡੇ ਵੱਡੇ ਜ਼ਾਲਮ ਸੋਧੇ ਅੜਿਆ ਸੋ ਝੜਿਆ ਸੀ ਆਏ ਲੰਨ ਬਲੀ ਕਿਜੋ ਦੇ ਲਾਏ ਮੁਗਲ ਪਠਾਣਾ ਨੂੰ ਐਸੀ ਸਿੰਘਾਂ ਨੇ ਹੱਥ ਕਰਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਬੁੱਢੇ ਦਲ ਨੇ ਕੱਲੇ ਸੀ ਤਬੀਕਾ ਨੇਰ ਚ ਸਿੰਘ ਸਨ ਆਏ ਮੱਸੇ ਵਰਗੇ ਪਾਪੀ ਕਈ ਜਾ ਕੇ ਅੰਮ੍ਰਿਤਸਰ ਝੜਕਾਏ ਉਹਨਾਂ ਦੋਵਾਂ ਯੋਧਿਆਂ ਨੇ ਕੀਤੇ ਰਾਜਨੀਤ ਸੇਕਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਓ ਸਤਿਗੁਰੂ ਦੇ ਯੋਧਿਆਂ ਨੇ ਓਏ ਧੁੰਮਾ ਵਿੱਚ ਪੰਜਾਬ ਦੇ ਪਾਈਆਂ ਸੀ ਤਤ ਖਾਲਸੇ ਤੋਂ ਡਰੀਆਂ ਤੁਰਕੀ ਹੀ ਪਾਤਸ਼ਾਹੀਆਂ ਤਰਤ ਕੋਪਰ ਹੀੜੇ ਚ ਸਿੰਘਾਂ ਨੇ ਸੀਸ ਧਰਮ ਤੋਂ ਵਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਓ ਬੁੱਢਾ ਦਲ ਭੁੱਲਿਆ ਨਾ ਬਖਸ਼ੀ ਜੋ ਸਤਿਗੁਰੂ ਮਰਜ਼ਾਦਾ ਇਹ ਸਿਦਕ ਤੋਂ ਡੁੱਲਿਆ ਨਾ ਰੱਖਿਆ ਪੂਰਨ ਦਿਲ ਦੇ ਇਰਾਦਾ ਬਲੀ ਸਿੰਘ ਕਵੀਸ਼ਰ ਨੇ ਇਹ ਛੰਦ ਲਿਖੇ ਪਿਆਰ ਨਾਲ ਸਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਬੁੱਢਾ ਦਲ ਗਜਦਾ ਰਿਆ ਓਏ ਵੱਡੇ ਗੱਲੂ ਘਾਰੇ ਗਜ ਗਜ ਕਰਾ ਬੁਲਾਵੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਨੂੰ ਪਾਵੇ ਨਿਹਾਲੋ ਜਾਵੇ ਗੱਜ ਗੱਜ ਕਰਾ ਬੁਲਾਵੇ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੋਟ ਦੇ ਮਨ ਨੂੰ ਪਾਵੇ ਨਿਹਾਲੋ ਜਾਵੇ ਗੱਜ ਗੱਜ ਕਰਾ ਬੁਲਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਵੇ ਗੱਜ ਗੱਜ ਕਰਾ ਬੁਲਾਵੇ ਸ਼ਹੀਦਾਂ ਸਿੰਘਾਂ ਨੂੰ ਪਾਵੇ ਨਿਹਾਲੋ ਜਾਵੇ
गुरु गोबिंद सिंह जी नूं नीला घोड़ा जिहड़ा बहुत पसंद सी बाबा जी यही है नीला घोड़ा जी हाँ जी हाँ जी वाहे बाबा जी इहदा नाम की आ घोड़े दा की सी कुग्गी इहदा नाम कुग्गी आ जी कुग्गी हाँ जी कुग्गी कहिंदे जी पर हैदा है कुग्गा ही है जो चढ़ जाए उदो पता लगता भी घुग्गी है घुग्गा मैं तुम्हें घुग्गा ही कहना होना है कोई मोड़ता यही जवाब जवान मोड़ता जाए हीरा सिंह करके अपना जोड़ी चाहते रहे घोड़े बहुत गांह नंगी चीज है जी घोड़े के दर्शन भी करवावांगे क्लोज मार के बहुत गर्म खून का घोड़ा जी है सी सपोर्ट हाँ जी ਜਦੋਂ ਸਿੰਘ ਇਹਦੇ ਸਵਾਰ ਹੁੰਦਾ ਤੇ ਫਿਰ ਭੁੱਲ ਜਾਂਦਾ ਹਾਂ ਇਹ ਰੰਗ ਬਦਲਦਾ ਆਪਦਾ ਫਿਰ ਉਦੋਂ ਓਕੇ ਹਾਂ ਫਿਰ ਐਂ ਕਹਿੰਦਾ ਵੀ ਮੈਂ ਜਿਵੇਂ ਹੁਣ ਖੜਾ ਤੁਸੀਂ ਜਦੋਂ ਉਦੋਂ ਜਾਂਦਾ ਹੋਊਗਾ ਤੁਸੀਂ ਸਿਆਣ ਨਹੀਂ ਸਕਦੇ ਵੀ ਇਹ ਘੋੜਾ ਉਹ ਆ ਇਹ ਤਾਂ ਖੜਾ ਤਾਂ ਮੈਂ ਸੀਗਾ ਜਿਵੇਂ ਬੱਕਰੀ ਖੜੀ ਹੁੰਦੀ ਹੈ ਪਰ ਜੋ ਚੜ੍ਹ ਗਏ ਇਹਦੇ ਤੇ ਫਿਰ ਦੱਸਦਾ ਵੀ ਮੈਂ ਹੈਗਾ ਘੋੜਾ ਮੈਂ ਅੱਗੇ ਵੀ ਘੋੜਾ ਇੱਕ ਹੋਰ ਖੜਾ ਵਾ ਘੋੜੇ ਉਹ ਸਾਰਿਆਂ ਦੇ ਦਰਸ਼ਨ ਅਸੀਂ ਕਰਨੇ ਆ ਪਰ ਬਾਬਾ ਜੀ ਜਦੋਂ ਅੱਗੇ ਪਿੱਛੋਂ ਨਿਕਲਦੇ ਕੁਛ ਕਹਿੰਦੇ ਤਾਂ ਨਹੀਂ ਹੈਗੇ ਕੁਛ ਨਹੀਂ ਮਾਰਦੇ ਜੀ ਕਿਸੇ ਦੇ ਕੁਛ ਨਹੀਂ ਕਹਿੰਦੇ ਇਹ ਇਹ ਸੰਗਤ ਨੂੰ ਪਿਆਰ ਕਰਦੇ ਆ ਇਹ ਇੱਧਰ ਹੋਈ ਵੀਰੇ ਇੱਧਰ ਆ ਜਾ ਤੂੰ ਇਹ ਬਾਬਾ ਜੀ ਆਹ ਰੰਗ ਕਿਹੜਾ ਵਾ ਇਹ ਸੰਜਾਫ ਵੱਜਦਾ ਜੀ ਸੰਜਾਫ ਰੰਗ ਹਾਂਜੀ ਇਹ ਨੁਗਰਾ ਨਹੀਂ ਗਾ ਸੰਜਾਫ ਆ ਇਹ ਵਿੱਚ ਮੱਖੀ ਜੀ ਆ ਦਾਣਾ ਜਿਹਾ ਇਹ ਨੀਲਾ ਸੰਜਾਫ ਆ ਜੀ ਅੱਛਾ ਜੀ ਹਾਂਜੀ ਇਹਦਾ ਨਾਮ ਕੀ ਹੈ ਬਾਬਾ ਜੀ ਹਾਂਜੀ ਇਹ ਜੀ ਇਹਦਾ ਨਾਮ ਹੈਗਾ ਪੰਜ ਪੀਰਾਂ ਤੋਂ ਆਇਆ ਇਹ ਛੌਣੀ ਤੋਂ ਇਹਨੂੰ ਪੰਜ ਪੀਰਾਂ ਵਾਲਾ ਹੀ ਕਹਿ ਦਿੰਦੇ ਆ ਜੀ ਜੀ ਹਾਂਜੀ ਇਹਨੂੰ ਪੰਜ ਪੀਰਾਂ ਵਾਲਾ ਘੋੜਾ ਕਹਿੰਦੇ ਆ ਹਾਂਜੀ ਇਹਦਾ ਨਾਮ ਵਾਹ ਫੀਲਡ ਵੀ ਕਹਿ ਦਿੰਦੇ ਆ ਜੀ ਇਹਨੂੰ ਫੀਲਡ ਹਾਂਜੀ ਇਹ ਰਾਇਲ ਐਨਫੀਲਡ ਹਾਂਜੀ ਮਤਲਬ ਬੁਲਟ ਹਾਂਜੀ ਕਿਆ ਬਾਤ ਹੈ ਫੀਲਡ ਵੀ ਕਹਿੰਦੇ ਆ ਬਾਬਾ ਜੀ ਕਹਿੰਦੇ ਰਾਇਲ ਅਨਫੀਲਡ ਦੇ ਨਾਮ ਤੇ ਇਹ ਨਾਮ ਰੱਖਿਆ ਬਾਬਾ ਜੀ ਇਹ ਰੰਗ ਕਿਹੜਾ ਵਾ ਇਹ ਜੀ ਇੱਕ ਕਵਾਇਤ ਰੰਗ ਆ ਜੀ ਕਵਾਇਤ ਤੇਲੀਆ ਇਹ ਕਵਾਇਤ ਤੇਲੀਆ ਜਿਹੜੇ ਸੁਦਾਗਰ ਆ ਨਾ ਜੀ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਹੁੰਦੇ ਆ ਘੋੜੇ ਕਵਾਇਤ ਤੇਲ ਗਏ ਇਹਨਾਂ ਦੀ ਨੀਲੇ ਨਾਲ ਜਿੰਨੀ ਤੇ ਕਾਲੇ ਚੰਬੇ ਜਿੰਨੀ ਪਾਵਰ ਆ ਹਾਂ ਇਹ ਵੀ ਆਤੀ ਆ ਘੋੜਾ ਇਹਦਾ ਨਾਮ ਛੁਰਲੀ ਆ ਇਹ ਘੋੜੇ ਦਾ ਨਾਮ ਆ ਛੁਰਲੀ ਹਾਂਜੀ ਇਹਨੂੰ ਉਹ ਮੁੰਡਾ ਸਾਂਭਦਾ ਇਹ ਅੱਗ ਦੀਆਂ ਨਾਲ ਇਹਨੇ ਬਾਈ ਜਿਹੜਾ ਇਹਨੂੰ ਸਾਂਭਦਾ ਬਾਈ ਨਾਲ ਵੀ ਗੱਲ ਕਰੀਏ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਲਾਲ ਸਿੰਘ ਜੀ ਤੁਹਾਡੇ ਘੋੜੇ ਦਾ ਕੀ ਨਾਮ ਆ ਛੁਰਲੀ ਨਾਮ ਆ ਜੀ ਛੁਰਲੀ ਹਾਂਜੀ ਇਹ ਛੁਰਲੀ ਵਾਂਗੂ ਫਿਰ ਐ ਛੁਕਦਾ ਬਾਈ ਜੀ ਮੈਂ ਕਿਹਾ ਰੁਕਣ ਦਾ ਤਾਂ ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ 10 12 ਕਿੱਲੇ ਤੋਂ ਹੀ ਲੈ ਜਾਂਦਾ ਰੁਕਦਾ ਹੀ ਭੱਜ ਜਾਂਦਾ ਮੈਨੂੰ ਕੀ ਬਾਤ ਹੈ ਬਹੁਤ ਤੇਜ਼ ਘੋੜਾ ਆ ਬਹੁਤ ਦੌੜ ਚੰਗੀ ਬਹੁਤ ਦੌੜ ਆ ਖੇਡਾਂ 'ਚ ਕੱਢਣਾ ਆ ਘੋੜੇ ਨੂੰ ਦੇਖਦੇ ਹਾਂ ਕੋਈ ਐਂਟਰੀ ਪਾ ਕੇ ਬਾਬਾ ਜੀ ਨਾਲ ਗੱਲ ਕਰਕੇ ਖੇਡ ਮੇਲੇ ਜੋੜ ਮੇਲੇ 'ਚ ਲੈ ਕੇ ਜਾਣਾ ਘੋੜਾ ਧੰਨਵਾਦ ਅੱਗੇ ਵੀ ਘੋੜੇ ਖੜੇ ਨੇ ਉਹਨਾਂ ਨਾਲ ਵੀ ਆਪਾਂ ਰੂਬਰੂ ਹੋਣਾ ਘੋੜਿਆਂ ਨਾਲ ਵੀ ਕਿਉਂਕਿ ਇਹ ਬਾਬਾ ਜੀ ਇਹ ਬੱਗੀ ਜਿਹੜੀ ਉਹ ਪਈ ਆ ਸਾਡਾ ਸਮਾਨ ਜਿਹਦੇ ਉੱਤੇ ਅਸੀਂ ਬਹਿ ਕੇ ਆਉਣੇ ਆ ਇਹ ਘੋੜਾ ਉਹ ਲੈ ਕੇ ਆਉਂਦਾ ਲਾਲ ਚੰਬਾ ਵੱਜਦਾ ਠੀਕ ਹੈ ਹਾਂ ਇਹਦਾ ਨਾਮ ਜੋਗੀ ਆ ਇਹ ਜੋਗੀ ਆ ਹਾਂਜੀ ਬਾਬਾ ਜੀ ਨਾਮ ਬੜੇ ਸੋਚ ਸੋਚ ਕੇ ਰੱਖੇ ਆ ਹਾਂਜੀ ਭਗਤਾਂ ਲਈ ਨਾਮ ਰੱਖੇ ਆ ਹਾਂਜੀ ਭਗਤ ਘੋੜਾ ਜੀ ਜੇ ਤੁਹਾਨੂੰ ਹੁਣ ਬੱਗੀ ਜੋੜ ਕੇ ਫੜਾ ਦੇਣਾ ਤੁਸੀਂ ਸਾਰੇ ਮੇਲੇ 'ਚ ਗੇੜਾ ਕੱਢਿਆ ਜਿੱਥੇ ਰੋਕ ਲਓਗੇ ਉੱਥੇ ਖੜਾ ਰਹੂਗਾ ਹਾਂ ਹਾਂ ਤੇ ਜਿਹੜੇ ਦੂਜੇ ਘੋੜੇ ਸਾਡੇ ਰੁਕਦੇ ਨਹੀਂ ਗਏ ਜਦੋਂ ਇੱਕ ਵਾਰੀ ਜੁੜ ਪੈਂਦੇ ਨਾ ਜਿੰਨਾ ਚਿਰ ਦੂਜੇ ਚਾਲੇ ਤੇ ਨਹੀਂ ਪਹੁੰਚਦੇ ਰਾਜ ਖੜਦੇ ਨੇ ਪਿਸ਼ਾਬ ਵੀ ਨਹੀਂ ਗਈ ਤਾਂ ਕਰਨ ਦਿੰਦੇ ਆਉਂਦੇ ਡਾਂਡਾ ਕਰਦੇ ਠੀਕ ਹੈ ਹਾਂਜੀ ਮਤਲਬ ਐਨ ਸਿਖਾਏ ਹੋਏ ਤਿਆਰ ਬਰ ਤਿਆਰ ਫੌਜਾਂ ਵੀ ਤੇ ਘੋੜੇ ਵੀ ਹਾਂਜੀ ਇਹ ਆਏ ਨੇ ਜੀ ਅਸੀਂ ਨਰ ਘੋੜੇ ਰੱਖਦੇ ਆ ਅੱਛਾ ਜਿਹੜਾ ਬੁੱਢਾ ਦਲ ਹੈ ਨਿਹੰਗ ਸਿੰਘ ਫੌਜਾਂ ਦੇ ਨਰ ਘੋੜੇ ਰੱਖਦੇ ਆ ਜਿਹੜੇ ਫੌਜ ਵਾਲੇ ਤੇ ਪੁਲਿਸ ਵਾਲੇ ਆ ਉਹ ਖੱਸੀ ਕਰਾ ਦਿੰਦੇ ਆ ਉਹਨਾਂ ਦੇ ਚਾਰ ਚਾਰ ਇਕੱਠੇ ਖੜੇ ਰਹਿੰਦੇ ਆ ਸਾਡੇ ਤਾਂ ਦੋ ਨਹੀਂ ਇਕੱਠੇ ਕਰਦੇ ਤਾਂ ਲੜ ਕੇ ਮਰ ਜਾਣਗੇ ਆ ਦੇਖੋ ਕਿੰਨੀ ਕਿੰਨੀ ਬੈਥ ਪਾ ਕੇ ਲੱਤਾਂ ਘੋੜੀਆਂ ਨਹੀਂ ਰੱਖਦੇ ਆਪਾਂ ਘੋੜੀਆਂ ਹੈਗੀਆਂ ਸਾਈਡ ਤੇ ਆ ਜੀ ਘੋੜੀਆਂ ਹੈਗੀਆਂ 10 ਘੋੜੀਆਂ ਵਿੱਚ ਬੱਚੇ ਵੀ ਆ ਉਹਨਾਂ ਬਿਨਾ ਸਾਡਾ ਗੁਜ਼ਾਰਾ ਹੀ ਨਹੀਂਗਾ ਉਹਨਾਂ ਤੋਂ ਹੀ ਬੱਚੇ ਪੈਦਾ ਲੈਣੇ ਆ ਆਪਦੀ ਲੈਣ ਦੇ ਘੋੜੇ ਹੀ ਰੱਖਦੇ ਆ ਬਾਲੀ ਆਪਣੀਆਂ ਹੀ ਨਸਲਾਂ ਨੇ ਮਤਲਬ ਜਿਹੜੀਆਂ ਇੱਥੇ ਜਿਹੜੇ ਸਾਨੂੰ ਪਤਾ ਵੀ ਜਿਹੜਾ ਸਾਡੇ ਬਲੱਡ ਖੂਨ ਤਗੜੇ ਆ ਘੋੜੇ ਅਸੀਂ ਉਹਨਾਂ ਸਾਨੂੰ ਕਿ ਨੁਗਰੇ ਨਾਲ ਜਾਂ ਕਾਲੇ ਨਾਲ ਜਾਂ ਉਸ ਨਾਲ ਨਹੀਂਗਾ ਵੀ ਜਿਵੇਂ ਦੁਨੀਆਦਾਰੀ 'ਚ ਨੁਗਰਾ ਹਾਂ ਨਾ ਅਸੀਂ ਘੋੜੇ ਦੀ ਜਾਤ ਵੇਖਣੀ ਆ ਤੇ ਬਲੱਡ ਵੇਖਣਾ ਤੇ ਘੋੜੇ ਦੀ ਅਸੀਂ ਲੱਛਣ ਵੇਖਣੇ ਆ ਇਹ ਪੰਜਾਬ ਦੀਆਂ ਨਸਲਾਂ ਨੇ ਘੋੜੇ ਆ ਹਾਂਜੀ ਹਾਂਜੀ ਹੈ ਸਾਡੇ ਕੋਲੇ ਮਾਰਵਾੜੀ ਵੀ ਹੈ ਤੇ ਪੰਜਾਬ ਦੇ ਵੀ ਹੈ ਤੇ ਸਾਡੇ ਕੋਲੇ ਦੂਜੇ ਵੀ ਹੈ ਜਿਹੜੇ ਆਪਣੇ ਪਹਿਲਾਂ ਅਰਬੀ ਘੋੜੇ ਸੀਗੇ ਆਏ ਵੇ ਉਹ ਅਰਬੀ ਘੋੜੇ ਵੀ ਹੈਗੇ ਜੀ ਅਰਬੀ ਵੀ ਹੈਗੇ ਹਾਂਜੀ ਅਰਬੀ ਹੁਣ ਕੋਈ ਹੈਗਾ ਆਪਣੇ ਕੋਲੇ ਹਾਂਜੀ ਹਾਂਜੀ ਨੁਗਰਾ ਘੋੜਾ ਬਹੁਤ ਵੱਡਾ ਅਰਬੀ ਉਹ ਇੱਕ ਵੱਡਾ ਮੂਹਰੇ ਖੜਾ ਵਾ ਹਾਂ ਉਹ ਅਰਬੀ ਆ ਜੀ ਇਹ ਅਰਬੀ ਆ ਹਾਂਜੀ ਆਓ ਇਹਦੇ ਵੀ ਦਰਸ਼ਨ ਕਰਦੇ ਆ ਆਪਾਂ ਪਹਿਲਾਂ ਤੁਸੀਂ ਜਿਹੜੇ ਚਾਰ ਚਾਰ ਘੋੜੇ ਭਾਈਦੇ ਆਪਣੇ ਉਹਨਾਂ ਦੇ ਦਰਸ਼ਨ ਕਰਾ ਦੋਨੇ ਭਜਾਂਗੇ ਭਜਾਉਂਦੇ ਅੱਛਾ ਚਾਰ ਘੋੜੇ ਹਾਂ ਤੇ ਕੀ ਨਾਮ ਆ ਬਾਬਾ ਜੀ ਤੁਹਾਡੇ ਘੋੜੇ ਦਾ ਇਹ ਗੋਲੀ ਜੀ ਗੋਲੀ ਹਾਂ ਗੋਲੀ ਗੋਲੀ ਸੋਚ ਕੇ ਰੱਖਿਆ ਮੈਂ ਗੋਲੀ ਵਾਂਗੂ ਨਿਕਲਦਾ ਹਾਂ ਨਿਕਲਦੀ ਗੋਲੀ ਮੈਂ ਕਿਹਾ ਫੜ ਚੱਲਦੀ ਗੋਲੀ ਆ ਬਾਈ ਮੈਂ ਕਿਹਾ ਸ਼ਾਇਦ ਘੋੜਾ ਵੀ ਗੱਲ ਕਰ ਲਵੇ ਸਾਡੇ ਨਾਲ ਤਾਂ ਮੂਹਰੇ ਨੂੰ ਮੈਕ ਜਾ ਕੀਤਾ ਸੀ ਉਹ ਗੋਲੀ घोड़े देख के और गुरु दियां लाडलियां फौजां देख के गदगद हो गए
असी भी मैनू उम्मीद आ वा पूरी भी संगत भी जरूर खुश होंदी आ घर बैठी जिहड़ी संगत इत्थे नहीं पहुँच सकती असी साडा मकसद आ भी उन्हां तक घर बैठे नू मैसेज पहुँचाया जाए वो केड़ा घोड़ा बाबा जी जिहड़े उपर चार बह के आपां दौड़दे आ आ घोड़िया जी ठीक है आ इत्थों लै के वह चिट्टियां दे नुकरियां दे जी आ जिहड़े ये सिंह ने बाई होनी जिहड़े भजाउंदे ने ये दोने जी आ आ बाईआं दे हां आ इक बची इहनां नाल श्रोमणी पंथ गालीवुडल दा महला निकलूगा सारियां जथेबंदियां साडे महला चढ़दियां उथे ग्राउंड दे विच घोड़े भजाउंदे आ इह फिर दोने जवान इह नीला सिंह ते हीरा सिंह आ इह चार घोड़ियां ते खड़े भी हुंदे आ जोड़ी जोड़ी भी दोने भजा दिंदे कल्ले इह तिन भी भजा दिंदा इकट्ठे करके इह भजंगी कल्ला घोड़ा भजाउंदा इह कल्ले ते किले पड़दा ना रहिंदा इहनां दे हां इह इहनूं सिखाउंदे आ इह घोड़े भजाया करूगा चार गां तों छे भी भजाउंदे आ भाई दी उमर किन्नी का इहदा गां 12 साल 12 साल हैगी आ 12 साल आ मतलब सिंह डरदे भी नहीं 12 साल ਸਿੰਘਾਂ ਦਾ ਕੰਮ ਨਹੀਂ ਪਿੱਛੇ ਪਛਾਹ ਮੁੜ ਕੇ ਦੇਖਣਾ ਨਹੀਂ ਬਾਬਾ ਕਿੰਨਾ ਐਵੇਂ ਵੀ ਪੁੱਛ ਵੀ ਦਲ ਚ ਕਿੰਨਾ ਚਿਰ ਹੋ ਗਿਆ ਭਰਤੀ ਹੋਏ ਨੂੰ ਐ ਪੁੱਛ ਦਲ ਚ ਕਿੰਨਾ ਚਿਰ ਹੋ ਗਿਆ ਵੀਰੇ ਬਾਈ 5 ਸਾਲ ਕਿਆ 7 ਸਾਲ ਦਾ ਆ ਗਿਆ ਸੀਗਾ ਕੀ ਬਾਤ ਹੈ 7 ਸਾਲ ਦਾ ਅੱਜ 12 ਸਾਲ ਦਾ ਹੈ ਬਾਬਾ ਜੀ ਕਿਹੜਾ ਪਿੰਡ ਆ ਬਾਈ ਦਾ ਅੰਮ੍ਰਿਤਸਰ ਬਾਬਾ ਜੀ ਅੰਮ੍ਰਿਤਸਰ ਮਹਿਤਾ ਮਹਿਤਾ ਚਾਹੁੰਦਾ ਮਹਿਤੇ ਦੇ ਆ ਬਾਈ ਜੀ ਹੁਣੀ ਹਾਂਜੀ ਵੇ ਮਹਿਤੇ ਦੇ ਆ ਜੀ ਸਾਡਾ ਹੈਗਾ ਜੀ ਜ਼ਿਲ੍ਹਾ ਫਰੀਦਕੋਟ ਪਿੰਡ ਬਹਿਬਲ ਕਲਾ ਗੋਲੀ ਕਾਂਡ ਵਾਲਾ ਬਰਗਾੜੀ ਬਹਿਬਲ ਬਰਗਾੜੀ ਦੇ ਆ ਜਿੱਥੇ ਗੋਲੀ ਕਾਂਡ ਹਾਂ ਬਹਿਬਲ ਦਾ ਜੀ ਬਹਿਬਲ ਹੀ ਚੱਲੀ ਸੀ ਗੋਲੀ ਜੀ ਬਹਿਬਲ ਦਾ ਜੀ ਪਿੱਠ ਜੋੜ ਕੇ ਲੜਾਈਆਂ ਲੜੀਆਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਆ ਤੇ ਬੋਤਾ ਸਿੰਘ ਤੇ ਗਰਜਾ ਸਿੰਘ ਲੜੇ ਜਿਹੜਿਆਂ ਨੇ ਦੱਸਿਆ ਜਦੋਂ ਕਹਿੰਦੇ ਸੀ ਖਾਲਸਾ ਖਤਮ ਹੋ ਗਿਆ ਉਹਨਾਂ ਨੇ ਫਿਰ ਗੱਡੇ ਨੂੰ ਤੇ ਬੋਤਿਆਂ ਨੂੰ ਸਾਰਿਆਂ ਨੂੰ ਲਾਇਆ ਨਾ ਜਦੋਂ ਟੈਕਸ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਹਾਂ ਖਾਲਸਾ ਵਾਕਈ ਜਾਂਦਾ ਇਕੱਲੇ ਉਹਨਾਂ ਦੇ ਐਂ ਤੇਰ ਚਾਦਰਾਂ ਬੰਨੀਆਂ ਨੇ ਪਿੰਡਾਂ ਦੇ ਕਸ਼ਹਿਰੇ ਸੀਗੇ ਤੇ ਮੋਟੇ ਉਹਨਾਂ ਕੋਲ ਸੋਟੇ ਸੀਗੇ ਉਹਨਾਂ ਨਾਲ ਹੀ ਉਹਨਾਂ ਨੇ ਖਾਲਸਾ ਫਿਰ ਦੱਸਿਆ ਵੀ ਮੁਗਲਾਂ ਸਰਕਾਰਾਂ ਨੂੰ ਵੀ ਖਾਲਸਾ ਵਾਕਈ ਹੈਗਾ ਹਾਂਜੀ ਇਹ ਉਸ ਇਲਾਕੇ ਦੇ ਯੋਧੇ ਆ ਜੀ ਯੋਧਿਆਂ ਸੂਰ ਵੀਰਾਂ ਭਚੰਗੀਆਂ ਦੀ ਕੌਮ ਜਿਨ੍ਹਾਂ ਦੇ ਵਿੱਚ ਅਸੀਂ ਖੜ੍ਹੇ ਸੀ ਅੱਜ ਜਿਨ੍ਹਾਂ ਨੇ ਵਾਰ ਵੀ ਸੁਣਾਈ ਔਰ ਖੂਨ ਐਨ ਬਾਬਾ ਜੀ ਵਾਰ ਜਦੋਂ ਸੁਣਦੇ ਹਨ ਗਦ ਗਦ ਹੁੰਦਾ ਨਾ ਤੇਜ਼ ਰਫਤਾਰ ਦੇ ਵਿੱਚ ਦੌੜਨ ਲੱਗ ਜਾਂਦਾ ਸਾਰਿਆਂ ਦੇ ਜਥੇਦਾਰ ਹੈ ਘੋੜਿਆਂ ਦੇ ਬਾਬਾ ਬਲਦੇਵ ਸਿੰਘ ਢੋਡੀ ਪਿੰਡ ਉਹਨਾਂ ਦਾ ਹੈਗਾ ਬਾਰਡਰ ਦੇ ਪਿੰਡ ਜਿਹੜੇ ਬਾਬਾ ਜੀ ਲਾਉਂਦੇ ਸੀ ਨਾ ਵਿਛਰੀ ਗਾਉਂਦੇ ਸੀਗੇ ਉਹ ਸਾਡੇ ਜਥੇਦਾਰ ਹੈ ਘੋੜਿਆਂ ਦੇ ਬਲਦੇਵ ਸਿੰਘ ਵੱਡੇ ਜਥੇਦਾਰ ਬਾਬਾ ਬਲਵੀਰ ਸਿੰਘ 1496 ਕਰੋੜੀ ਹਾਂ ਉਹ ਆਉਣਗੇ ਪਰਸੋਂ ਇਹ ਸਾਡੇ ਨਾਲ ਹੀ ਵਿਚਰਦੇ ਆ ਘੋੜਿਆਂ ਦੇ ਅਸੀਂ 3 ਦਿਨ ਤੋਂ ਵੱਧ ਨਹੀਂ ਰਹਿੰਦੇ ਇੱਥੇ ਅਸੀਂ 5 ਦਿਨ ਰਹਿਣਾ ਨਹੀਂ ਹੋਰ ਅਸੀਂ 1 ਦਿਨ 2 ਦਿਨ ਇੱਥੋਂ ਹੀ 30 ਦਿਨ ਨੂੰ ਚੱਲ ਕੇ ਅਤੇ 10 ਤਰੀਕ ਨੂੰ ਮੁਕਤਸਰ ਪਹੁੰਚਣਾ ਪੜਾਓ ਦਰ ਪੜਾਓ ਇੱਕ ਇੱਕ ਦਿਨ ਹੀ ਲਾਉਣੇ ਰਾਜ ਤਾਂ ਠੀਕ ਹੈ ਧੰਨਵਾਦ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਡੇਲੀ ਪੋਸਟ ਦੀ ਰਿਪੋਰਟ ਤੁਸੀਂ ਦੇਖੀ ਇਸ ਟਾਈਮ ਅਸੀਂ ਮੌਜੂਦ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਨਿਹੰਗ ਸਾਹਿਬਾਨਾਂ ਨਾਲ ਗੱਲਬਾਤ ਕੀਤੀ ਸਾਨੂੰ ਬਹੁਤ ਚੰਗਾ ਲੱਗਿਆ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਚੰਗਾ ਲੱਗੇਗਾ ਮਨਜੋਤ ਮਾਜਰਾ ਕੈਮਰਾਮੈਨ ਅਮਿਤ ਧੰਨਵਾਦ